ਐਨੀ ਕਿ ਪੋਜੀਸ਼ਨ ਵਾਲੇ ਜਿਹੜੇ ਕਰਪਸ਼ਨ ਕਰਨ ਅਤੇ ਉਹ ਅੰਦਰ ਆਉਣ ਅਤੇ ਜਹਾਂਗੀਰ ਤਰੀਨ ਕਰੇ ਅਤੇ ਉਹ ਬਾਹਰ ਹੋਵੇ। ਤੋ ਜੋ ਹੈ ਮਾਸ਼ਾਅੱਲਾ, ਇਹ ਤਾਰੀਖ ਇਨਸਾਫ ਨਹੀਂ ਹੈ, ਇਹ ਤਜ਼ਲੀਲ ਇਨਸਾਫ ਹੈ। ਤਾਂ ਇਨਸਾਫ ਇਹ ਹੈ ਕਿ ਆਪਣਾ ਹੋ ਬੇਗਾਨਾ ਹੋ ਕੋਈ ਹੋ, ਬਾਜੀ ਹੋਵੇ ਜਾਂ ਬਾਜਾ ਹੋਵੇ ਕੋਈ ਹੋ, ਰਿਆਸਤ ਮਦੀਨਾ ਯੇ ਆਈ ਥੀ ਨਾ ਵੋ ਬਨੋ ਮਖਜ਼ੂਮ ਕੀ ਖਾਤੂਨ ਚੋਰੀ ਮੇਂ ਪਕੜੀ ਗਈ, ਚੋਰੀ ਮੇਂ ਪਕੜੀ ਗਈ, ਲਾਈ ਗਈ ਸੈਯਦਨਾ ਉਸਾਮਾ ਰਜ਼ੀ ਅੱਲਾਹੁ ਤਾਲਾ ਨੂੰ ਕੋਲ ਪੂਰਾ ਕਬੀਲਾ ਚੱਲ ਕੇ ਆਏ, ਕਹਿਣ ਲੱਗੇ ਉਸਾਮਾ ਬਿਨ ਜ਼ੈਦ ਰਜ਼ੀ ਅੱਲਾਹੁ ਤਾਲਾ, ਤੁਸੀਂ ਬੜੇ ਚਹੇਤੇ ਹੋ, ਬੜੇ ਪਿਆਰੇ ਹੋ ਰਸੂਲੁੱਲਾਹ ਦੇ, ਤੁਹਾਡਾ ਦੂਰ ਬੜਾ ਪਿਆਰ ਕਰਦੇ, ਤੁਸੀਂ ਸਿਫਾਰਿਸ਼ ਕਰੋ ਨਾ ਨਬੀ ਅਲੈਹ ਸਲਾਤੁ ਸਲਾਮ ਕਿ ਯਾ ਰਸੂਲ ਅੱਲਾ, ਇਹ ਫਾਤਮਾ ਹੈ, ਖਾਤੂਨ ਹੈ ਹਮਾਰੇ ਕਬੀਲੇ ਕੀ, ਇਸਨੇ ਚੋਰੀ ਕਰ ਦੀ ਹੈ, ਇਸ ਕਾ ਹਾਥ ਨਾ ਕਾਟੇ, ਇਸ ਲਈ ਕਿ ਹਮ ਕਬੀਲੇ ਵਾਲੇ ਰਸਵਾ ਹੋ ਜਾਏਗੇ ਕਿ ਹਮਾਰੀ ਖਾਤੂਨ ਕੇ ਹੱਥ ਕੱਟ ਗਏ ਚੋਰੀ ਮੇਂ, ਹਮਾਰੀ ਬੇਇੱਜ਼ਤੀ, ਹਮਾਰੀ ਪਗੜੀ ਉਤਰ ਜਾਏਗੀ, ਇੱਜ਼ਤ ਖਰਾਬ ਹੋ ਜਾਏਗੀ, ਯਾ ਰਸੂਲ ਅੱਲਾ ਇਸ ਪਰ ਕੋਈ ਥੋੜ੍ਹਾ ਸਾ ਰਹਿਮ ਕਰੇ। ਉਸਾਮਾ ਚੱਲ ਪੜੇ, ਬੜੇ ਪਿਆਰੇ ਥੇ ਨਬੀ ਅਲੈਹ ਸਲਾਮ, ਜੂੰ ਹੀ ਆਏ ਨਾ ਸਿਫਾਰਿਸ਼ ਕਰਦੀ, ਆਪ ਨੇ ਫਰਮਾਇਆ ਉਸਾਮਾ ਅੱਲਾ ਕੀ ਹੱਦ ਮੇਂ ਸਿਫਾਰਿਸ਼ ਕਰਤੇ ਹੋ, ਅੱਲਾ ਕੀ ਹੱਦ ਮੇਂ। ਬਾਜੀ ਅਲੀਮਾ ਚੋਰੀ ਕਰਕੇ ਬਾਹਰ ਦੁਬਈ ਬੈਠੀ, ਬਾਕੀ ਸਾਰੇ ਚੋਰ ਜੇਲ੍ਹ ਮੇਂ, ਸਾਰੇ ਚੋਰ ਜੇਲ੍ਹ ਮੇਂ ਹੋ ਨਾ, ਆਪਣੇ ਚੋਰ ਜੋ ਹੈ ਵੋ ਬੈਠੇ ਰਹੇ, ਔਰ ਦੂਸਰੋ ਕੀ ਜੋ ਦੂਸਰੇ ਚੋਰ ਹੈ, ਨਵੇਂ ਚੋਰ ਵੀ ਤਾਂ ਹੈ ਨਾ, ਪੁਰਾਣੇ ਆਏ ਚੋਰ ਅਤੇ ਨਵੇਂ ਵੀ ਤਾਂ ਚੋਰ ਹੈ, ਇਹ ਫਰਕ ਕਿਉਂ, ਇਹ ਇਨਸਾਫ ਨਹੀਂ ਹੈ। ਇਨਸਾਫ ਕਿਸੇ ਕਹਾ ਜਾਤਾ ਹੈ, ਮਦੀਨੇ ਰਿਆਸਤ ਕਿਸੇ, ਮਦੀਨੇ ਕੀ ਰਿਆਸਤ ਕਿਸੇ ਕਹਾ ਜਾਤਾ, ਸੁਣਨਾ ਨਬੀ ਅਲੈਹ ਸਲਾਮ ਫਰਮਾ ਉਸਾਮਾ ਅੱਲਾ ਕੀ ਹੱਦੋਂ ਮੇਂ ਸਿਫਾਰਿਸ਼ ਕਰਤੇ ਹੋ, ਤੁਮਸੇ ਪਹਿਲੇ ਲੋਕ ਪਤਾ ਕਿਉਂ ਹਲਾਕ ਹੋਏ, ਬੜਾ ਚੋਰੀ ਕਰਤਾ ਥਾ, ਬੜਾ ਗੁਨਾਹ ਕਰਤਾ ਥਾ, ਛੋੜ ਦੇਤੇ ਥੇ, ਛੋਟੇ ਗਰੀਬੋਂ ਕੋ ਰਗੜਾ ਦੇਤੇ ਥੇ, ਇਸ ਲਈ ਵੋ ਹਲਾਕ ਹੋਈ ਕੌਮੇ, ਤੁਮ ਫਿਰ ਵਹੀ ਨਿਜ਼ਾਮ ਲਾਨਾ ਚਾਹਤੇ ਹੋ, ਸੁਣ ਲੋ ਇਹ ਤਾਂ ਫਾਤਮਾ ਬਨੂ ਮਖਜ਼ੂਮ ਕੀ, ਅਗਰ ਫਾਤਮਾ ਮੁਹੰਮਦ ਕੀ ਬੇਟੀ ਵੀ ਚੋਰੀ ਕਰਤੀ, ਮੈਂ ਉਸਕੇ ਵੀ ਹੱਥ ਕਾਟ ਡਾਲਤਾ।